ਤਸਵੀਰਾਂ ਖੰਨਾ ਦੀਆਂ ਨੇ ਜਿੱਥੇ ਤੜਕੇ 3 ਵਜੇ GT ਰੋਡ ਤੇ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਪੂਰੇ ਟਰੱਕ ਦੇ ਭਾਂਬੜ ਮੱਚ ਗਏ। ਟਰੱਕ ਫਲਾਂ ਨਾਲ ਲੱਦਿਆ ਹੋਇਆ ਸੀ ਤੇ ਦਿੱਲੀ ਤੋਂ ਜੰਮੂ ਵੱਲ ਨੂੰ ਜਾ ਰਿਹਾ ਸੀ। ਤੜਕੇ 3 ਵਜੇ ਦੇ ਕਰੀਬ ਜਦੋਂ ਟਰੱਕ ਗੁਰਦੁਆਰਾ ਮੰਜੀ ਸਾਹਿਬ ਦੇ ਕੋਲ ਪਹੁੰਚਿਆ ਤਾਂ ਅਚਾਨਕ ਟਾਇਰ ਫਟ ਜਾਣ ਕਰਕੇ ਟਰੱਕ ਪਲਟ ਗਿਆ। ਤਾਰਾਂ 'ਚ ਸ਼ਾਰਟ ਸਰਕਟ ਹੋਣ ਨਾਲ ਟਰੱਕ ਨੂੰ ਅੱਗ ਲੱਗ ਗਈ। ਜਿਸ ਵੇਲੇ ਹਾਦਸਾ ਵਾਪਰਿਆ ਟਰੱਕ ਵਿੱਚ 3 ਲੋਕ ਸਵਾਰ ਸਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ। ਮੈਂ ਆਪਣੇ ਢਾਬੇ ਤੋਂ ਘਰ ਨੂੰ ਆ ਰਿਹਾ ਸੀਗਾ ਜਦ ਮੈਂ 2:30 ਤੋਂ ਲੈ ਕੇ 3 ਵਜੇ ਦੇ ਵਿੱਚ ਦਾ ਟਾਈਮ ਸੀਗਾ ਤੇ ਮੈਂ ਜਦ ਆ ਰਿਹਾ ਸੀਗਾ ਤੇ ਮੈਂ ਅੱਗ ਲੱਗੀ ਦੇਖੀ। ਅੱਗ ਲੱਗੀ ਦੇਖ ਕੇ ਮੈਂ ਜਦੇ ਪੁਲਿਸ ਨੂੰ ਫੋਨ ਕਰਿਆ, ਜਦੇ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਤੇ ਉਹ ਮੌਕੇ ਤੇ ਪਹੁੰਚ ਕੇ ਅੱਗ ਬੁਝਾ ਕੇ ਪੁਲਿਸ ਨੇ ਰੋਡ ਬੰਦ ਕਰਾ ਕੇ ਕਰੋਸਿੰਗ ਹੋਰ ਪਾਸੇ ਕਰਤੀ ਸੀਗੀ ਤੇ ਉਹ ਤੋਂ ਬਾਅਦ 'ਚ ਅੱਗ ਬੁਝਾ ਕੇ ਚਲੋ ਜਾਨ ਤੋਂ ਬਚ ਗਏ। ਐਕਸੀਡੈਂਟ ਜੀ ਤਕਰੀਬਨ 3:30-4 ਦੇ ਵਿੱਚ ਹੋਇਆ ਜੀ। ਸਾਨੂੰ ਪਬਲਿਕ ਨੇ ਵੀ ਉਹਨੇ ਫੋਨ ਕਰਕੇ ਦੱਸਿਆ ਵੀ ਇਸ ਕਰਕੇ ਮੰਜੀ ਸਾਹਿਬ ਤੋਂ ਅੱਗੇ ਜਾ ਕੇ ਬਰਵਾਲੀਪੁਰ ਪੈਂਦਾ ਪੁਲ ਦੇ ਉੱਤੇ ਟਰੱਕ ਨੂੰ ਅੱਗ ਲੱਗੀ ਹੋਈ ਹੈ ਜਿਹਦੇ ਵਿੱਚ 3 ਜਾਨਾਂ ਸੀਗੀਆਂ ਪਰ ਉਹ ਬਿਲਕੁਲ ਸੁਰੱਖਿਅਤ ਬਾਹਰ ਨਿਕਲ ਆਈਆਂ। ਅਸੀਂ ਮੌਕੇ 'ਤੇ ਪਹੁੰਚੇ, ਸਾਡੇ ਚੌਂਕੀ ਇੰਚਾਰਜ ਆਕਾਸ਼ ਦੱਤ ਜੀ ਉਹ ਵੀ ਪਹੁੰਚੇ, ਪੁਲਿਸ ਪਾਰਟੀ ਪਹੁੰਚੀ, 2 ਫਾਇਰ ਬ੍ਰਿਗੇਡਾਂ ਮੰਗਵਾਈਆਂ ਦਰਾਹੀ ਤੋਂ ਖੰਨੇ ਤੋਂ ਜਿਹੜੀ ਕਿ ਅੱਗ ਨੂੰ ਬਿਲਕੁਲ ਬੁਝਾ ਕੇ ਰੋਡ ਕਲੀਅਰ ਕੀਤਾ ਗਿਆ। ਅੱਛਾ, ਕਿੰਨਾ ਕੁ ਜਿਹੜਾ ਨੁਕਸਾਨ ਹੋ ਗਿਆ ਹੋਊਗਾ? ਨੁਕਸਾਨ ਤਾਂ ਹੈ ਜੀ, ਟਰੱਕ ਜਿਹੜਾ ਸੜ ਚੁੱਕਿਆ। ਕੀ ਭਰਿਆ ਸੀ ਟਰੱਕ? ਉਹਦੇ ਵਿੱਚ ਫਰੂਟ ਸੀਗੇ, ਥੱਲੇ ਪਰਾਲੀ ਵੀ ਸੀਗੀ, ਉਹਦੇ ਨਾਲ ਥੋੜ੍ਹੀ ਜਿਹੀ ਅੱਗ ਹੋਰ ਚੜ੍ਹ ਗਈ ਅਤੇ ਬਿਲਕੁਲ ਕੰਟਰੋਲ ਦੇ ਵਿੱਚ ਹੋ ਗਿਆ। ਕਿੰਨਾ ਕੁ ਟਾਈਮ ਲੱਗ ਗਿਆ ਜਿਹੜਾ ਇਹਨੂੰ ਬੁਝਾਉਣ ਦੇ ਵਿੱਚ ਜੀ? ਬੁਝਾਉਣ ਨੂੰ ਸਾਨੂੰ ਲੱਗ ਗਿਆ ਜੀ ਤਕਰੀਬਨ 1.5 ਘੰਟਾ ਲੱਗ ਗਿਆ। ਅਤੇ ਇੱਕ ਜਿਹੜਾ ਬਲਾਸਟ ਵੀ ਹੋਇਆ ਵਿੱਚ ਬਲਾਸਟ ਜਿਹੜਾ ਟਾਇਰ ਸੀ ਨਾ ਉਹ ਅੱਗ ਦੇ ਨਾਲ ਬਲਾਸਟ। ਇਸ ਹਾਦਸੇ ਵਿੱਚ ਟਰੱਕ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਖੰਨਾ ਤੋਂ ਪਨਬੀਜਾ, ਜਗਬਾਣੀ TV।